किसे रिटर्न से मिल जाए, किसे रिटर्न से मिल जाए, मिल जाए तो मिल जाए, हमें कोई जाकर नाराज ना हो, परेशान ना हो। بسم اللہ الرحمن الرحیم بنبیین نربیین ورسولین مدنیین بے اخیئی اسد اللہ و مسمان بے علیین و بنوہا بطولین بے والدتا والسبتائی والشبلائی هما نجل زكي ما بسجا ودي باب الباكر والصادق حقا ما بموسى ورزا وتقيا ونقيا وبذل الاسكر والهجا تلك بالحق الذي يزرم مصائف بحكم ذلين میں تقبل بقبول حسن رب دعانا بے علی یا صاحب زمان ادرکنا بے حق دم اللہ فضل شہدائے اللهم صل على محمد وآل محمد الصلوات نعرہ تکبیر نعرہ تکبیر نعرہ رسالت نعرہ رسالت نعرہ حیدری نعرہ حیدری سلوات باواز بلند پر اللہم کائنات دا خالق تو ڈاٹو رہا منظور فرماوے بانیان دا صفحے ماتم چھایا اپنی بارگاہ اچ قبول فرماوے ہر مومن موالی نو مولا ہر تکلیف پریشانی تو محفوظ فرماوے میں حقیر دی ڈپٹی اپنی بارگاہ اچ قبول فرماوے ساڑے بارویں آقا دا جل ظہور فرماوے خدا کے دین کی حسین کہانی ہے خدا کے دین کی حسین کہانی ہے نام محمد پہ ہر وقت جوانی ہے خدا کے دین کی حسین کہانی ہے نام محمد پہ ہر وقت جوانی ہے زمانے بھر میں آتی ہیں جو بھی اذانیں یہ علی کے لاڈلوں کی مہربانی ہے سلامت رہو زندگیاں بہت بڑیاں سلوات باواز بلند پڑھو اعوذ باللہ من الشیطان الرجیم بسم اللہ الرحمن الرحیم الحمدللہ الصلاة والسلام على اشرف الانبياء والمرسلين الصلوات وخاتم النبيين وما أرسلناك إلا رحمة للعالمين بلند صلوات عابد کو رات رو آ گئے دربار شام بسم اللہ جی بسم اللہ کرو
ਸਾਈਂ ਰਾਜ਼ੀ ਹੋ ਗਈ। ਮੈਂ ਨੌਕਰ ਹਾਂ ਬਾਬਾ, ਮੈਂ ਬਿਸਮਿਲਾ ਕਰਾਂ, ਬਿਸਮਿਲਾ ਜੀ ਨੌਕਰ ਆਬਿਦ ਗਏ ਰਾਤਰੂ ਆ ਗਏ ਦਰਬਾਰੇ ਸ਼ਾਮ ਨਾ ਹੋਵਿਆ ਸ਼ਾਮ ਨਾ ਰੁੱਲ ਨਾਲੀ ਦੀਆਂ ਦੀਆਂ ਬਿਸਮਿਲਾ ਸਫਰ ਤੇ ਤੰਗ ਜਾਏ ਵੋ ਬਾਜ਼ਾਰ ਸ਼ਾਮ ਵਾਹ ਬਈ ਵਾਹ ਵਾਹ ਬਈ ਵਾਹ ਬਿਸਮਿਲਾ ਬਿਸਮਿਲਾ ਜੀ ਜੀ ਨੌਕਰ ਬਾਬਾ ਮੈਂ ਨੌਕਰ ਹਾਂ ਜੀ ਨੌਕਰ ਹਾਂ ਜੀ ਲੱਖ ਫੇਰੀ ਪੜਾਂ ਜੀ ਬਿਸਮਿਲਾ ਕਰਾਂ ਜੀ ਬਿਸਮਿਲਾ ਕਰਾਂ ਜ਼ਿੰਦਗੀ ਸਾਰੀ ਵੋ ਨਿਰਵਾਰ ਸ਼ਾਮ ਵਾਹ ਬਈ ਵਾਹ ਬਈ ਵਾਹ ਬਿਸਮਿਲਾ 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 ਕਰਾਂ ਬਿਸਮਿਲਾ ਢੱਲੀ ਸਰ ਤੂੰ ਬਾਗੁਰਦਾਇਓ ਵੇਲੇ ਆਉਂਦੀ ਅਮਣੀ ਕੋ ਆਇਆ ਯਾਦ ਅੱਬਾਸ ਵੀਰਾ ਜੀ ਬਿਸਮਿਲਾ ਜੀ ਨੌਕਰ ਮੈਂ ਲੱਖੇ ਨਹੀਂ ਪੜਾਂ ਮੈਂ ਨੌਕਰ ਹਾਂ ਮੈਂ ਨੌਕਰ ਜੀ ਨੌਕਰ ਹਾਂ ਜੀ ਨੌਕਰ ਹਾਂ ਜੀ ਬਿਸਮਿਲਾ ਕਰਾਂ ਨਾਈ ਦੀ ਕਰ ਢੱਲੀ ਵਾਲੀਆ ਦੇ ਢੱਲੀ ਸਰ ਤੂੰ ਬਾਗੁਰਦਾਇਓ ਵੇਲੇ ਆਉਂਦੀ ਅਮੜੀ ਕੋ ਯਾਦ ਅੱਬਾਸ ਬਿਸਮਿਲਾ ਕਰਾਂ ਬਿਸਮਿਲਾ ਕਤਲ ਚਕਰ ਅਕਬਰ ਦੇ ਸ਼ਹਿਰ ਚ ਮੱਡੀ ਲੋਟ ਨਹੀਂ ਬਾਗ ਵਾਹ ਬਈ ਵਾਹ ਬਈ ਵਾਹ ਬਿਸਮਿਲਾ 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 ਕਰ ਜੀ 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 ਜਿਤਨੇ ਮੋਮਿਨ ਹੁਸੈਨ ਇਮਾਨ ਮੁਕਾਉਣ ਬਣੇ ਨੇ ਭਾਈ ਜਾਨ ਕਾਇਨਾਤ ਚ ਜੱਡੀ ਗਰੀਬ ਮਸਤੂਰ ਹੋਵੇ ਦੋ ਖਾਹਿਸ਼ਾਂ ਵੱਡੀਆਂ ਹੋਣਦੀਆਂ
ਪਹਿਲੀ ਖਾਇਸ਼ ਹੁੰਦੀ ਹੈ ਈਦ ਮਿਲ ਪਵੇ, ਦੂਜੀ ਖਾਇਸ਼ ਹੁੰਦੀ ਹੈ ਕਫਨ ਬੇਕਾ ਮਿਲੇ। ਕਿਸਮਤ ਅਲੀ ਦੀਆਂ ਧੀਆਂ ਦੀ ਈਦ ਮੰਗਣ ਦਾ ਟਾਈਮ ਆਇਆ, ਤਾਂ ਯਤੀਮ ਹੋ ਗਈਆਂ ਕਫਨ ਦਾ ਵਕਤ ਬੇ ਗਏ ਮੁੱਕ ਗਏ। ਵਾਹ 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 ਬਿਸਮਿਲ੍ਲਾ ਕਰ ਜੀ 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 ਮੈਂ ਨਾ ਕਰਾਂ ਜੀ ਨਾ ਕਰਾਂ ਜੀ ਨਾ ਕਰਾਂ ਜੀ ਮੈਂ ਲੱਖ ਮੇਰੀ ਬਰਜੀ ਮੈਂ ਨਾ ਕਰਾਂ ਜੀ ਮੈਂ ਨਾ ਕਰਾਂ ਜੀ ਮੈਂ ਜੀ ਜੀ ਮੈਂ ਬਿਸਮ ਜੀ ਮੈਂ ਨਾ ਕਰਾਂ ਜੀ ਮੈਂ ਨਾ ਕਰਾਂ ਭਾਈ ਮੈਂ ਲੱਖ ਮੇਰੀ ਬਣਾ ਜਵਾਨ ਸਾਹਿਬ ਜ਼ਿੰਦਗੀ ਹੋਏ ਮੈਂ ਨਾ ਕਰਾਂ। ਕਿਸਮਤ ਅਲੀ ਦੀਆਂ ਧੀਆਂ ਦੀ ਈਦ ਮੰਗੇ ਨਾ ਟਾਈਮ ਆਇਆ, ਤੇ ਯਤੀਮ ਹੋ ਗਈਆਂ ਕਫਨ ਦਾ ਵਕਤ ਆਇਆ ਬੇ ਗਈ ਮੁੱਕ ਗਏ। ਜੀ ਲੱਖ ਜੀ 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 ਮੈਂ ਨਾ ਜੀ ਨਾ ਕਰਾਂ। ਕਿਸਮਤ ਅਲੀ ਦੀਆਂ ਧੀਆਂ ਦੀ ਈਦ ਮੰਗਣ ਦਾ ਟਾਈਮ ਆਇਆ, ਤਾਂ ਯਤੀਮ ਹੋ ਗਈਆਂ ਕਫਨ ਦਾ ਵਕਤ ਆਇਆ ਬੇ ਗਈ ਮੁੱਕ ਗਏ। ਵਾਹ 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 ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਜੀ ਨਾ ਕਰਾਂ ਭਾਈ ਜੀ ਨਾ ਕਰਾਂ। ਕਿਸਮਤ ਅਲੀ ਦੀਆਂ ਧੀਆਂ ਦੀ ਈਦ ਮੰਗਣ ਦਾ ਟਾਈਮ ਆਇਆ, ਤਾਂ ਯਤੀਮ ਹੋ ਗਈਆਂ ਕਫਨ ਦਾ ਵਕਤ ਆਇਆ ਬੇ ਗਈ ਮੁੱਕ ਗਏ। ਅੱਜ 18 ਜੇਠ ਦਾ ਮੁਹਰਮ ਸ਼ਾਦੀ ਉਹ ਟਾਈਮ ਆਈ ਧੀ ਪਿਓ ਨੂੰ ਮਿਲਣ ਆਈ ਤਾਂ ਪਿਓ ਦੀ ਮੁੱਕ ਗਈ। ਜ਼ਿੰਦਾ ਨਸ਼ਾ ਮੈਂ ਪਿਓ ਦੀ ਨੂੰ ਮਿਲਣ ਆਇਆ ਦੀ ਮੁੱਕ ਗਈ। ਜੀ ਮੈਂ ਨਾ ਕਰ ਬਾਬਾ ਜੀ ਮੈਂ ਨਾ ਕਰ ਜੀ ਮੈਂ ਲੱਖ ਰੀ ਬਣਾ ਜੀ ਮੈਂ ਨਾ ਕਰ ਬਾਬਾ ਜੀ 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 ਮੈਂ ਬਿਸਮਿਲ੍ਲਾ ਕਰ ਜੀ ਮੈਂ ਬਿਸਮਿਲ੍ਲਾ ਕਰਾਂ। ਇਹੋ ਟਾਈਮ ਆਈ ਧੀ ਪਿਓ ਨੂੰ ਮਿਲਣ ਆਈ ਤਾਂ ਪਿਓ ਦੀ ਮੁੱਕ ਗਈ। ਜ਼ਿੰਦਾ ਨਸ਼ਾ ਮੈਂ ਜੂ ਪਿਓ ਧੀ ਨੂੰ ਮਿਲਣ ਆਇਆ ਤਾਂ ਧੀ ਦੀ ਮੁੱਕ ਗਈ। ਸ਼ਾਦੀ ਹਰ ਨਮਾਜ਼ ਦੇ ਬਾਅਦ ਦੁਆ ਮੰਗੀ ਕਰੋ, ਸਾਲ ਚੌ ਸਾਲਾਂ ਦੀ ਧੀ ਦਾ ਪਿਓ ਨਾ ਮਰ, ਅੱਲਾ ਨਾ ਕਰੇ ਪਿਓ ਮਰ ਵਨੇ, ਵੱਡਾ ਵੀਰਾ ਹੋਵੇ ਤਾਂ ਝੋਲੀ ਚੋਂ ਕੱਢਦਾ ਨਹੀਂ। ਛੋਟੋ ਸੀ ਤਾਂ ਸਰ ਤੇ ਬਹੁਤ ਸਾਡੇ ਕਿਹਾ ਸੀ ਰੁਨੀ ਨਾ ਕਰ ਮੈਂ ਜੀਂਦਾ। ਵਾਹ 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 ਜੀ 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 ਮੈਂ ਨਾ ਕਰ ਜੀ ਨਾ ਕਰ ਜੀ ਮੈਂ ਲੱਖ ਮੇਰੀ ਬਣਾ। ਵੱਡਾ ਵੀਰਾ ਹੋਵੇ ਤਾਂ ਝੋਲੀ ਚੁੱਕਣ ਸੀ ਨਹੀਂ, ਛੋਟੋ ਸੀ ਤਾਂ ਸਰ ਤੇ ਬਹੁਤ ਸਾਡੇ ਅੱਗਿਆ ਸੀ ਰੁਨੀ ਨਗਰ ਮੈਂ ਜੀਂਦਾ। ਅਜ਼ਮਤ ਹੁਸੈਨ ਦੀ ਕਸਮ ਹੈ ਮੈਦਾਨ ਕਰਬਲਾ ਚ ਇੱਕ ਸ਼ਾਮ ਗਰੀਬਾਂ ਤੋਂ ਬਾਅਦ ਜਾਂ ਸਕੀਨਾ ਨੂੰ ਦਿਲਾਸੇ ਦੇਵਣੇ ਆਏ ਉਹਦੇ ਹੱਥ ਹੀ ਵੱਜ ਗਏ। ਜੇ ਝੋਲੀਏ ਚ ਪਾਉਣਾ ਆਈ ਉਹਦੇ ਹੱਥ ਹੀ ਵੱਜ ਗਏ। ਵਾਹ ਬਈ ਵਾਹ ਵਾਹ ਬਈ ਵਾਹ ਹੱਥ ਨਹੀਂ ਮਿਲਣੇ ਬਈ ਹੱਥ ਨਹੀਂ ਮਿਲਣੇ ਜੀ 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 ਮੈਂ ਨਾ ਕਰ ਜੀ ਨਾ ਕਰ। ਮੈਂ ਮਜਲਿਸ ਤੇ ਆਏ 18 ਜੇਠ ਦੀਵਾਨਾ ਸਾਹਿਬ ਆਖੇ ਨਸ ਮਜੂਦ ਵੈਣ ਸੁਣਾ, ਲੇਕਿਨ ਮਜਬੂਰੀ ਹੈ ਮੈਂ ਆਇਆ ਤੋ ਕੋ ਅੱਠ ਦਾ ਮਾਮਨਾ ਮੈਨੂੰ ਆਖਿਆ ਜੋ ਸਾਨੂੰ ਅੱਜ ਉਹ ਵੈਣ ਸੁਣਾਵੇ ਜਿਹੜਾ ਸਰਗੋਦ ਬੜੇ ਨੇ। ਭਾਈਜਾਨ ਮੁਸਲਮਾਨਾਂ ਮੁਹੰਮਦ ਦੀ ਧੀ ਨੂੰ ਮਾਰਿਆ, ਮੁਸਲਮਾਨਾਂ ਅਲੀ ਦੀਆਂ ਧੀਆਂ ਨੂੰ ਮਾਰਿਆ। ਕਦਾਈ ਜ਼ਾਕਰਾਂ ਤੇ ਸਵਾਲ ਕਰਕੇ ਪੁੱਛ, ਮੁਸਲਮਾਨਾਂ ਮੁਹੰਮਦ ਦੀ ਧੀ ਨੂੰ ਕਿਵੇਂ ਮਾਰਿਆ, ਅਲੀ ਦੀਆਂ ਧੀਆਂ ਨੂੰ ਕਿਵੇਂ। ਸਰ ਜਾ ਮੈਂ ਤੈਂ ਦੱਸਾਂ ਜਿਹਦਾ ਵੀਰਾ ਕੋਈ ਨਾ ਉਹਨੂੰ ਦਰਵਾਜ਼ੇ ਤੇ ਬਨ ਮਾਰਿਆ ਨੇ।
ਜਿਹਦੇ ਟੋਰ ਬਿਰਾ ਨੂੰ ਮਜ਼ਾ ਨਹੀਂ ਸਾਡਾ ਗਮ ਵਾ ਬਈ ਵਾ 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 ਦੀਵਾਰਾਂ ਤੇ ਖੂਨ ਡਿੱਠਾ ਦੁਕਾਨ ਕੁਰਬਾਨੀ ਛੱਤਾਂ ਤੇ ਕਰੇਂਦੇ ਆਦਾ ਛੱਤਾਂ ਤੇ ਨਹੀਂ ਕਰੇਂਦੇ ਆਦਾ ਦੀਵਾਰਾਂ ਤੇ ਖੂਨ ਕਿਉਂ ਹੈ ਆਦਾ ਤੈਨੂੰ ਪਤਾ ਨਹੀਂ ਕਰਬਲਾ ਜੰਗ ਹੋਈ ਹੈ ਰੋ ਕੇ ਆਦਾ ਜੰਗ ਕਰਬਲਾ ਹੋਈ ਹੈ ਖੂਨ ਸ਼ਾਮ ਕਿਉਂ ਆਇਆ ਆਦਾ ਤੈਨੂੰ ਪਤਾ ਨਹੀਂ ਜਿਹੜੀਆਂ ਬਚ ਗਈਆਂ ਨਲੀ ਦੀਆਂ ਧੀਆਂ ਇਸੇ ਬਾਜ਼ਾਰ ਚ ਮੁਸਲਮਾਨ ਇਤਨਾ ਮਾਰਿਆ ਮਾਂ ਪੁੱਤਰ ਨਹੀਂ ਸੁਣ ਰਾਵਣ ਵਾਲਿਓ ਮੁਸਲਮਾਨਾਂ ਮੁਹੰਮਦ ਦੀ ਧੀ ਨੂੰ ਮਾਰਿਆ ਅਲੀ ਦੀਆਂ ਧੀਆਂ ਨੂੰ ਮਾਰਿਆ ਕਦੇ ਜ਼ਾਕਰਾ ਤੂੰ ਪੁੱਛਿਆ ਮੁਸਲਮਾਨਾਂ ਹੁਸੈਨ ਦੀ ਧੀ ਨੂੰ ਕਿਤਨਾ ਮਾਰੇ ਸ਼ਾਜੀ ਬਾਜ਼ਾਰ ਜਦਾਂ ਪੱਥਰਾਂ ਦੀ ਬਰਸਾਤ ਵਧੀ ਹੈ ਕਹਿਲ ਬਿਰਾਦ ਅੱਗੋਂ ਲੁਕਦੀ ਆਈ ਕਹਿ ਵੇਲੇ ਪਿੱਛੋਂ ਲੁਕਦੀ ਆਈ ਛੋਟੇ ਛੋਟੇ ਹੱਥ ਬਣ ਗਿਆ ਦੀ ਆਈ ਬਾਬੇ ਦੇ ਕਾਤਲ ਨੂੰ ਆਖ ਮੈਨੂੰ ਮੂੰਹ ਤੇ ਨਾ ਮਾਰੇ ਉਹ ਮੇਰੇ ਰੁਖਸਾਰ ਜ਼ਖਮੀ ਹੈ ਲੰਮੇ ਤਮਾਚੇ ਚਲੇ ਦੀ ਰਾਈ ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਕਰਬਲਾ ਤੂੰ ਲੈ ਕੇ ਸ਼ਾਮ ਤਾਈ ਸ਼ਾਹਜੀ ਇਤਨੀ ਨਹੀਂ ਰੁਨੀ ਜਿਤਨੀ ਦਰਬਾਰ ਚ ਰੁਨੀ ਜਦੋਂ ਤੌਕ ਤੇ ਬਾਣ ਵਾਲੇ ਆਖਿਆ ਸਕੀਨਾ ਹੈ ਖਜੂਰਾਂ ਲੈ ਲੈ ਪਿਓ ਦੇ ਮੂੰਹ ਤੁਰਮਾ ਲਡਾਇਆ ਉਸ ਮੂੰਹ ਤੇ ਮੂੰਹ ਰੱਖ ਗਿਆ ਦੀ ਅੱਗੀ ਬਾਲ ਦੀ ਮਿਲਣਾ ਹੀ ਹੈ ਸ਼ਬੀਰ ਦੀਆਂ ਅੱਖਾਂ ਖੁੱਲੀਆਂ ਬੀਬੀਆਂ ਦੀਏ ਬਾਬਾ ਅੱਖਾਂ ਖੋਲੀਆਂ ਨੀ ਤਾਂ ਮੈਨੂੰ ਜਵਾਬ ਦੇ ਮੁਸਲਮਾਨਾਂ ਤੇਰੀਆਂ ਧੀਆਂ ਨੂੰ ਮਾਰਿਆ ਮੈਂ ਛੁਡਾਇਆ ਮੁਸਲਮਾਨਾਂ ਤੇਰਾ ਸੱਜਾ ਨੂੰ ਮਾਰਿਆ ਮੈਂ ਛੁਡਾਇਆ ਬਾਬਾ ਤੇਰੀ ਅਜ਼ਮਤ ਦੀ ਕਸਮ ਛੱਤਰੀ ਸ਼ਾਰ ਤੇਰਾ ਕਾਤਲ ਮੈਨੂੰ ਮਰੇਂਦਾ ਮੈਨੂੰ ਛੁਡਾਉਣ ਵਾਲਾ ਨਾ ਕੋਈ ਮੈਨੂੰ ਇਹ ਦੱਸ ਮੈਂ ਕਿਹੜੀ ਵਿਵਹਾਰ ਮੈਨੂੰ ਛੁਡਾਏ ਗਏ ਸੈਣ ਰਾਜ਼ੀ ਹੋਣੇ ਪਾਕ ਸੈਣ ਤੁਹਾਡੀ ਮੁਕਾਨ ਮਨਜ਼ੂਰ ਫਰਮਾਵੇ ਹਰ ਮੋਮਿਨ ਮਵਾਲੀ ਦੀ ਮੌਲਾ ਨੇਕ ਦੁਆ ਨੇਕ ਹਸਰਤ ਮਨਜ਼ੂਰ ਫਰਮਾਵੇ ਮੈਂ ਹਕੀਰ ਦੀ ਡਿਊਟੀ ਆਪਣੀ ਬਾਰਗਾਹ ਵਿੱਚ ਕਬੂਲ ਫਰਮਾਵੇ ਸਾਡੇ ਬਾਰਵੇਂ ਆਕਾ ਦਾ ਜਲ ਜ਼ਹੂਰ ਫਰਮਾਵੇ ਅੱਖਾਂ ਪਹੁੰਚ ਕੇ ਸਲਵਾਤ ਬਾਬਾ ਜ਼ੇ ਬੁਲੰਦ ਖੁਸ਼ਕਿਸਮਤ ਹੈ ਉਹ ਇਨਸਾਨ ਜਿਹਦਾ ਅਲੀ ਜੀ ਇਮਾਮ ਹੈ ਅਲੀ ਇਮਾਮ ਸਿਰਫ ਸ਼ੀਆਂ ਅਤੇ ਸੁਨੀਆਂ ਦਾ ਨਹੀਂ ਅਲੀ ਇਮਾਮ ਪੂਰੀ ਕਾਇਨਾਤ ਦਾ ਇਮਾਮ ਹੈ ਅੱਗੋਂ ਹਰ ਕਹਿੰਦੇ ਜ਼ਰਫ ਦੀ ਬਾਂਹ 'ਤੇ ਕੋਈ ਮੰਨ ਲਵੇ ਤਾਂ ਵਤੀ ਅਲੀ ਅਲੀ ਹੈ ਕੋਈ ਨਾ ਮੰਨੇ ਬੋਲੋ ਤਾਂ ਸਹੀ ਇਨਹਾਂ ਦੇ ਬਾਰੇ ਸੋਚਣਾ ਹੀ ਨਹੀਂ ਚਾਹੀਦਾ ਇਨਹਾਂ ਨੂੰ ਮੰਨ ਲਵਣਾ ਚਾਹੀਦਾ ਜਿਹਨਾਂ ਸੋਚੇ ਉਹ ਸ਼ੈਤਾਨ ਬਣ ਗਏ ਜਿਹਨਾਂ ਸਿਰਫ ਮੰਨ ਲਿਆ ਉਹ ਸਲੇਮਾਨ ਬਣ ਗਏ ਅੱਛਾ ਚਲੋ ਇੱਕੋ ਕਸੀਦਾ ਜਨਾਬ ਸੁਣੋ ਬਿਸਮਿਲ੍ਲਾ ਕਰ ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ ਏਡੇ ਕਰੀਮ ਹਨ ਏਡੇ ਲਜਪਾਲ ਇਨਸਾਨ ਦੀ ਗੁਰਬਤ ਨਹੀਂ ਦਿੰਦੇ ਜਾਇਦਾਦ ਨਹੀਂ ਦਿੰਦੇ ਨੀਅਤ ਪਸੰਦ ਆ ਵਨੇ ਕਿਸੇ ਨੂੰ ਮਾਂ ਚਸ ਦਿੰਦੇ ਨੀਅਤ ਪਸੰਦ ਆਵੇ ਕਿਸੇ ਨੂੰ ਨਾਨਾ ਚਸ ਦਿੰਦੇ ਇਨਹਾਂ ਦੇ ਦਰਵਾਜ਼ੇ 'ਤੇ ਤੂੰ ਅਸਾਂ ਨਹੀਂ ਪੀਂਦੇ ਇਨਹਾਂ ਦੇ ਦਰਵਾਜ਼ੇ ਦੇ ਮਲਾਇਕ ਸਵਾਲ ਹੀ ਹਨ ਇਨਹਾਂ ਦੇ ਦਰਵਾਜ਼ੇ ਦੇ ਨਬੀ ਸਵਾਲ ਹੀ ਹਨ ਬਸ ਮੈਂ ਨਵਾਂ ਕਸੀਦਾ ਅੱਗੇ ਪੜੂਆ ਮੂੰ ਦੀਵਾਨ ਸਾਹਿਬ ਜਿਹੜਾ ਹੁਕਮ ਦਿੱਤਾ ਹੈ ਇੱਕ ਸ਼ੇਰ ਉਸਦਾ ਕਸ ਹੁਣ ਲੰਬੇ ਹੋ ਵੇ ਸ਼ਾਹ
ਅੱਛਾ ਅੱਛਾ ਨਵਾਂ ਕਸੀਦਾ ਇਹ 15 ਸ਼ਬਾਨ ਦੇ ਹਵਾਲੇ ਨਾਲ ਹੈ 14 ਹਾਂ ਸਾਹਮਣੇ ਹੈ 14 ਔਰ 15 ਸ਼ਬਾਨ ਦੀ ਜਿਹੜੀ ਦਰਮਿਆਨੀ ਰਾਤ ਹੈ ਇਹ ਆਮ ਰਾਤ ਨਹੀਂ ਇਹ ਉਹ ਰਾਤ ਹੈ ਬੰਦਾ ਰਿਜ਼ਕ ਮੰਗੇ ਤਾਂ ਰਿਜ਼ਕ ਮਿਲਦਾ ਹੈ ਬੰਦਾ ਇੱਜ਼ਤ ਮੰਗੇ ਤਾਂ ਇੱਜ਼ਤ ਮਿਲਦੀ ਹੈ ਅਤੇ ਇਸ ਰਾਤ ਨੂੰ ਹਰ ਮੋਮਿਨ ਹਰ ਆਜ਼ਾਦਾਰ ਮੌਲਾ ਦੇ ਨਾਂ ਇੱਕ ਅਰੀਜ਼ਾ ਲਿਖਦਾ ਹੈ ਇੱਕ ਦਰਖਾਸਤ ਲਿਖਦਾ ਹੈ ਉਸ ਨੂੰ ਦਰਿਆ 'ਚ ਲੋੜ ਕੇ ਜਾਂ ਨਹਿਰੇ 'ਚ ਲੋੜ ਕੇ ਆਪਣੇ ਆਪ 'ਤੇ ਮੁਤਮਿਨ ਇਤਨਾ ਹੈ ਜੋ ਕੁਛ ਮੈਂ ਲਿਖਿਆ ਇਸ 'ਤੇ 12ਵੇਂ ਇਮਾਮ ਜ਼ਮਾਨ ਦੀ ਮੋਹਰ ਲੱਗਣੀ ਲੰਬੇ ਨਾ ਹੋ ਜਾਵੀਏ ਅਤੇ ਮੈਂ ਜਨਾਬ ਨੂੰ ਜਲਦੀ ਜਲਦੀ ਇਸੇ ਮੌਜੂ ਦਾ ਕਸੀਦਾ ਸੁਣਾਵਾਂ ਹੈ ਇਜਾਜ਼ਤ ਅਰਜ਼ੀਆਂ ਲਿਖ ਰਹੇ ਤੇਰੇ ਨਾਮ ਕੇ ਅਰਜ਼ੀਆਂ ਲਿਖ ਰਹੇ ਤੇਰੇ ਨਾਮ ਕੇ ਅਰਜ਼ੀਆਂ ਲਿਖ ਰਹੇ ਤੇਰੇ ਨਾਮ ਕੇ ਅਰਜ਼ੀਆਂ ਲਿਖ ਰਹੇ ਲਿਖ ਰਹੇ ਤੇਰੇ ਨਾਮ ਕੇ ਅਰਜ਼ੀਆਂ ਲਿਖ ਰਹੇ ਤੇਰੇ ਨਾਮ ਕੇ ਚਾਹਤ ਨਰਗਸ ਕੇ ਬੈਠਾ ਹਟਾ ਦੀਜੀਏ ਕਪੜ ਚਮ ਲਗਾ ਦੀਜੀਏ ਹਰ ਮੋਮਿਨ ਆਜ਼ਾਦਾਰ ਹਰ ਨਮਾਜ਼ ਦੇ ਬਾਅਦ ਦੁਆ ਮੰਗਦਾ ਹੈ ਦੁਆ ਮੰਗਦਾ ਹੈ ਇਮਾਮ ਜ਼ਮਾਨਾ ਦਾ ਜਲ ਜ਼ਹੂਰ ਹੋਵੇ ਬਲਕਿ ਉਹ ਦੁਆ ਦੁਆ ਹੀ ਨਹੀਂ ਜਿਸ ਇਮਾਮ ਜ਼ਮਾਨਾ ਦੀ ਦੁਆ ਨਾ ਮੰਗੀ ਵਾਂਗੇ ਐਵੇਂ ਗੱਲ ਨਾ ਹਰ ਮੋਮਿਨ ਦੀ ਹਸਰਤ ਵੀ ਆਉਂਦੀ ਹੈ ਇਮਾਮ ਜ਼ਮਾਨਾ ਜੋ ਆਸਨ ਤਾਂ ਨਾਲ ਮੌਲਾ ਦੀ ਹਸਤੀ ਕੌਣ ਕੌਣ ਹੋ ਸੀ ਮੰਜ਼ਰ ਕੈਸੋ ਸੀ ਨਜ਼ਾਰਾ ਕੈਸੋ ਸੀ ਕਿਵੇਂ ਬਾਈ
ਜਿਥਾਂ ਵਨ ਸਜਦੇ ਕਰੇ ਦਾਦਾ ਹੈ ਜਿਥਾਂ ਵਨ ਸਜਦੇ ਕਰੇ ਦਾਦਾ ਹੈ ਜਿਥਾਂ ਵਨ ਸਜਦੇ ਨਿਗਰਾਨ ਹੁਸੈਨ ਦੀ ਉਹ ਤੁਸੀਂ ਦੀਦਾ ਜਡਾ ਜਣੇ ਖਾਕ ਸਫਾ ਦੇ ਉਹ ਡਿੱਠਾ ਮੂੰਹ ਦੇ ਬਾਰ ਫਿਰਾ ਕੋ ਲਾਂਦਾ ਤਰਾਏ ਭੇਣੀ ਮਣਦਰੀ ਵਾਹ ਭਾਈ ਵਾਹ ਭਾਈ ਵਾਹ ਬਿਸਮਿਲਾ 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 ਕਰਾਂ ਬਿਸਮਿਲਾ ਡਿੱਠਾ ਮੂੰਹ ਦੇ ਬਾਰ ਭੀਰਾ ਕੁਆ ਲਾਂਦਾ ਤਰਾਏ ਭੇਣੀਆਂ ਮਣ ਦਰੀ ਗਾਜ਼ੀ ਦੇ ਆਉਣ ਦੀ ਅਮੜੀ ਬਣ ਮੋਈ ਸ਼ਾਮ ਦੇ ਜਿਤਨੇ ਸ਼ਹੀਦ ਹਨ ਕਰਬਲਾ ਚ ਅਜ਼ਮਾ ਤੇ ਹੁਸੈਨ ਦੀ ਕਸਮ ਹੈ ਕਾਸਮ ਦੀ ਲਾਸ਼ ਆਈਏ ਮਸਤੂਰਾ ਮਾਤਮ ਕੀਤ ਅਕਬਰ ਦੀ ਲਾਸ਼ ਆਈਏ ਮਸਤੂਰਾ ਸਿਰਫ ਮਾਤਮ ਨੇ ਕੀਤਾ ਪੱਥਰਾਂ ਨਾਲ ਮਾਤਮ ਕੀਤ ਲੇਕਿਨ ਅਜ਼ਮਾ ਤੇ ਹੁਸੈਨ ਦੀ ਕਸਮ ਸਾਰੇ ਸ਼ਹੀਦ ਤਬੂਨ ਰੁਨੇ ਵੀ ਵਾਰਸ ਬਣਨ ਲੇਕਿਨ ਜਦ ਅੱਬਾਸ ਲੱਥੇ ਬਿਤਾਲੀ ਬੱਚੇ ਜੇ ਹੱਥ ਚ ਜਾਮ ਢਾਬੇ ਸਿਰਫ ਜਾਮ ਨਹੀਂ ਡੱਠੇ ਸੱਤ ਬੱਚੇ ਮੌਕੇ ਤੇ ਮਰ ਗਏ ਅਜ਼ਮਾ ਤੇ ਹੁਸੈਨ ਦੀ ਕਸਮ ਔਖਾ ਤੇ ਬਾਵੇਂ ਸੌਖਾ ਮੇਰਾ ਪਾਕ ਇਮਾਮ ਖੈਮੇ ਗਾ ਚ ਨਿਕਲੇ ਜਣਦਾ ਜਣਦਾ ਉੱਥੇ ਜਿੱਥੋਂ ਵਫਾ ਦਖਲ ਸੁੱਤੋ ਸਿਰਾਂ ਦੀ ਆਣ ਕੇ ਬਹਿ ਗਈ ਹੈ ਸਰ ਤੇ ਬਹੁਤ ਸਾਰੇ ਗਿਆ ਦਾ ਮੈਂ ਡੋਡੇਖ ਮੈਂ ਗਰੀਬ ਹੋ ਗਈ ਹਾਂ ਅੱਲਾ ਜਾਣਦਾ ਅੱਬਾਸ ਦਾ ਸਰਦਾਰ ਮੇਰੀ ਅੱਖੀਆਂ ਚ ਖਾ ਕੇ ਮੇਰੀ ਅੱਖੀ ਸਾਫ਼ ਕਰ ਮੈਂ ਦੇਖਾਂ ਗਰੀਬ ਕਿਵੇਂ ਆਉਂਦੇ ਆਪਣੀ ਅੱਬਾਦ ਨਾਲ ਅੱਬਾਸ ਦੀਆਂ ਅੱਖਾਂ ਸਾਫ ਕੀਤੀਆਂ ਨੱਬਾਸ ਰੋ ਗਿਆ ਦੇ ਮੇਰੇ ਮੂੰਹ ਤੇ ਧੂੜੇ ਮੈਂ ਇੱਕ ਵਾਰੀ ਛਣਿਆ ਇਹ ਦੱਸਾਂ ਤੇਰੇ ਮੂੰਹ ਤੇ ਕਿਉਂ ਧੂੜ ਰੋ ਗਿਆ ਦੇ ਅੱਬਾਸ ਤੂੰ ਇੱਕ ਵਾਰੀ ਛਣਿਆ ਮੈਂ ਖੇਮੇ ਤੋਂ ਲੈ ਕੇ ਤੇਰੀ ਲਾਸ਼ ਤਾਈ ਛਣਦਾ ਵਾਹ ਬਾਈ ਵਾਹ ਵਾਹ ਬਾਈ ਵਾਹ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਅੱਬਾਸ ਦਾ ਸਰਦਾਰ ਕੋਈ ਆਖਰੀ ਅਸਰਾ ਤੋਂ ਵੀ ਤਾਂ ਦੱਸਾਂ ਰੋ ਕਹਿ ਦਾ ਹੋਰ ਦਸਰਤ ਕੋਈ ਨਹੀਂ ਮੈਨੂੰ ਆਖਰੀ ਵੇਲੇ ਵਿਰਾਸੜ ਚ
سید روکیا تئی گل منوایا بھی تمین مدینے آکھیا میں ماں تو اجازت گنا سیدا دروا نہیں میری انگلی دے درمیان وے کباز نہ بیٹھے بطول دا ویڑا ایک مستور ہے جڑی مسلے تے بیٹھی ہے ایک مستور خاک دے بیٹھی ہے عباس رو گیا دے مستوراں تو دوویں نے دساں اہن کون سید رو گیا دروا نہیں جڑی مسلے تے بیٹھی ہے تے دی ماں ہے جڑی مٹی تے بیٹھی ہے میں غریب دی ماں بسم اللہ بسم اللہ بسم اللہ بسم اللہ بسم اللہ بسم اللہ ویراس دینا یا تیری ماں نو آکھاں میری ماں تا تیری ماں نو آدی بیٹھی ہے میرے پوت نو ویراس اڈ حوصلے میں وسلوں نے فضل بابا رو کے آندا آئے او میرا غریب بھیرا آئے او میرا پردیسی بھیرا آئے او میرا گئے نو گوجنا کھڑ والا بھیرا عظمت حسین دی قسم ہے شبیر دے ہاتھ عباس دے منہ تے ہے رو گیا تے ہن تانو بھرا جڈ ہن کیوں نظر نہ تے ہن نظر دے میری بہن در خیمے تے آ کوشش کیتی سم عباس دی لاش اٹھاواں دیوانہ صاحب جدا لاش نہیں اٹھا سکیا راج رن فضل دا بابا تے رو کے صدا نوا دے میری لاش نہ جا میں اکبر نہیں وہ تے عباس نے رو الوایا او میں دے دریاں جویں تلیاں ٹیک کے تے اکبر اوکھا ساتھ نبھایا او ارمان یو میرے ہاتھ گئی نہیں او تو تھکا ہویا زہرا اج میرے ہاتھوں میں نہ میں سردان تکلیف نہ دیواں